ਹੈਲੋ, ਹਾਂਜੀ, ਕਿੱਦਾਂ, ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਬਹੁਤ ਬਹੁਤ ਸਵਾਗਤ ਆਪਣੇ ਚੈਨਲ ਦੀ ਨਵੀਂ ਵੀਡੀਓ 'ਤੇ, ਨਵਾਂ ਵਲੌਗ 'ਤੇ, ਨਵਾਂ ਦਿਨ। ਸ਼ਾਮ ਦੇ ਵੱਜ ਚੁੱਕਿਆ 5:30। ਹੁਣ ਆਪਾਂ ਚੱਲੇ ਜਿੰਮ। 10 ਕੁ ਦਿਨ ਹੋ ਗਏ ਆਪਾਂ ਜਿੰਮ ਨਹੀਂ ਗਏ। ਕੱਲ੍ਹ ਫੋਨ ਆਇਆ ਸੀਗਾ ਜਿੰਮ ਵਾਲੇ ਦਾ, ਕਹਿੰਦਾ ਹੁੰਦਾ ਨੀਗਾ। ਮੈਂ ਕਿਹਾ ਚੱਲ ਕੱਲ੍ਹ ਆਵਾਂਗੇ। ਮੈਂ ਕਿਹਾ ਯਾਰ ਕੰਮ ਸੀਗਾ, ਕੰਮ ਤਾਂ ਕਾਹਦਾ, ਬਸ ਪਿਛਲੇ ਵੀਕ ਬਸੰਤ ਸੀਗੀ, ਉਹਦੇ ਕਰਕੇ ਉਹ ਵੀਕ ਉਂਝ ਹੀ ਟੱਪ ਗਿਆ। ਅਤੇ ਕੱਲ੍ਹ ਆਪਣੇ ਆਏ ਸੀਗੇ ਰਿਸ਼ਤੇਦਾਰ, ਆਪਣੇ ਡੋਗੀ, ਆਪਣੇ ਮੈਗੀ ਦੇ ਬੱਚੇ ਲੈਣ। ਅਤੇ ਹੁਣ ਆਪਾਂ ਹੋ ਗਏ ਸੀਗੇ ਔਫਿਸ 'ਚੋਂ ਜਲਦੀ ਫ੍ਰੀ। ਜਲਦੀ ਫ੍ਰੀ ਤਾਂ ਕਾਹਦਾ, ਮੈਂ ਗੇਟ ਪਾਸ ਲੈ ਕੇ ਆਇਆ ਸੀ 2 ਘੰਟਿਆਂ ਦਾ। ਅਤੇ ਹੁਣ ਆਪਾਂ ਜਿੰਮ ਚੱਲਦੇ ਹਾਂ। ਆਪਾਂ ਪਹੁੰਚ ਚੁੱਕੇ ਜਿੰਮ। ਲਓ ਜੀ, ਪਹਿਲਾਂ ਆਪਾਂ ਕਰਦੇ ਇੱਥੇ ਵਾਰਮ ਅਪ। ਤੇ ਉਸਤਾਦ ਜੀ ਆ ਚੁੱਕੇ ਆ, ਤੇ ਉੱਧਰ ਵੀ ਕੋਚ ਸਾਹਿਬ ਲਾ ਰਹੇ ਆ ਜਿੰਮ। ਆ ਵੇਖ ਲਓ, ਝੂਲੇ ਲਈ ਜਾਂਦੇ ਆ। ਇਹ ਜਿੰਮਾਂ ਲਾਉਂਦੇ ਯਾਰ ਤੁਸੀਂ ਯਾਰ, ਹੈਂ। ਆ ਕੀ ਸੀਗਾ, ਹੈ, ਦੋ ਕਲਾਕ ਕੇ। ਚੱਲ ਜਾ ਬੂਟ ਪਾਈ ਬੈਠਾ, ਵੇਖ ਲੱਗਦਾ।
ਹਾਥੀ ਅੱਗ ਕੇ ਪੈ ਗਿਆ ਜਵਾਕ ਦਾ ਇੱਕ ਆ ਵੇਲ ਕਿੰਨਾ ਕਿੰਨਾ ਨੰਬਰ ਹੈ ਨੌ ਨੰਬਰ ਆਪਣੀ ਡਨ ਬਸ ਹੁਣ ਆਪਾਂ ਚੱਲਦੇ ਹਾਂ ਮੋਡਰਨ ਆਰਟ ਵਾਲੇ ਕੋਲ ਹੁਣ ਆਪਾਂ ਚੱਲੇ ਹਾਂ ਮੋਡਰਨ ਆਰਟ ਵਾਲੇ ਕੋਲ ਉਹਨੂੰ ਪੈਸੇ ਦੇਣੇ ਸੀਗੇ ਮੇਰਾ ਇੱਧਰ ਗੇੜਾ ਨਹੀਂ ਲੱਗਿਆ ਇਸ ਕਰਕੇ ਮੈਂ ਦੇ ਨਹੀਂ ਪਾਇਆ ਮੈਂ ਕਿਹਾ ਚੱਲ ਹੁਣ ਆਪਾਂ ਜਿੰਮ ਆਏ ਹਾਂ ਜਿੰਮ ਵੀ ਆਪਾਂ ਕਾਫੀ ਟਾਈਮ ਬਾਅਦ ਆਏ ਹਾਂ ਮੈਂ ਕਿਹਾ ਚੱਲ ਹੁਣ ਆਪਾਂ ਦੇ ਹੀ ਆਉਂਦੇ ਹਾਂ ਮੈਂ ਮੋਂਟੀ ਨੂੰ ਕਹੀ ਜਾਂਦਾ ਸੀਗਾ ਵੀ ਪੈਸੇ ਦੇਣੇ ਆਉਂਦੇ ਪਰ ਗੇੜਾ ਨਹੀਂ ਲੱਗਦਾ
ਹੁਣ ਆਪਾਂ ਇੱਧਰਲੇ ਪਾਸੇ ਆਏ ਹਾਂ, ਚੱਲ 2 ਮਿੰਟ ਅੱਗੇ ਸਹੀ। ਉਸਤਾਦ ਕਰੀ ਜਾਂਦਾ ਕੰਮ ਆਪਾਂ ਮੋਡਰਨ ਆਰਟ ਵਾਲੇ ਨੂੰ ਦੇ ਆਏ ਪੈਸੇ ਉਹਦੇ ਜਿਹੜੇ ਬੰਦ ਸੀਗੇ। ਹੁਣ ਆਪਾਂ ਚੱਲੇ ਹਾਂ ਘਰ ਨੂੰ ਵਾਪਸ, ਦੇਖਦੇ ਹਾਂ ਦੁੱਧ ਵਗੈਰਾ ਲੈ ਕੇ ਆਉਣ ਵਾਲਾ ਹੋਇਆ ਤਾਂ ਠੀਕ ਹੈ, ਨਹੀਂ ਤਾਂ ਰੋਟੀ ਪਾਣੀ ਖਾਵਾਂਗੇ, ਵਲੌਗ ਐਡਿਟ ਕਰਾਂਗੇ ਤੇ ਸੋ ਜਾਵਾਂਗੇ। ਘਰ ਪਹੁੰਚ ਚੁੱਕੇ ਹਾਂ ਤੇ ਆਪਣੀ ਡਾਇਟ ਤਿਆਰ ਹੈ, ਇਹਨੂੰ ਖਾਂਦੇ ਹਾਂ ਫਿਰ ਆਪਾਂ ਰੋਟੀ ਖਾਵਾਂਗੇ। ਮੈਂ ਬਹਿ ਗਿਆ ਸੀ ਇੱਥੇ, ਤੂੰ ਬਹਿ ਗਈ ਹੈ ਹੈ। ਆਪਾਂ ਬੈਠੇ ਹੋਏ ਹਾਂ ਸ਼ੋਪ 'ਤੇ ਅਤੇ ਮੈਂ ਬਹਿ ਗਿਆ ਸਟੇਅਰ 'ਤੇ ਅਤੇ ਆ ਬੈਠੀ ਹੋਈ ਹੈ। ਚਲੋ ਕੋਈ ਗੱਲ ਨਹੀਂ, ਆਪਾਂ ਖੜ੍ਹ ਜਾਂਦੇ ਹਾਂ। ਫਾਦਰ ਸਾਹਿਬ ਰੋਟੀ ਖਾ ਰਹੇ ਆ ਅਤੇ ਬਸ ਵੱਜ ਚੁੱਲੇ ਆ, 8 ਵੱਜ ਚੱਲੇ ਆ, 9:30 ਤੱਕ ਦੁਕਾਨ ਵਧਾਵਾਂਗੇ ਹੈ ਨਾ। ਅਤੇ ਆਪਾਂ ਹੀ ਬਸ ਫਾਦਰ ਸਾਹਿਬ ਰੋਟੀ ਖਾਂਦੇ ਅਤੇ ਫਿਰ ਆਪਾਂ ਵੀ ਰੋਟੀ ਪਾਣੀ ਖਾਵਾਂਗੇ ਅਤੇ ਵਲੌਗ ਐਡਿਟ ਕਰਾਂਗੇ ਅਤੇ ਕੋਈ TV ਵਗੈਰਾ ਵੇਖਾਂਗੇ ਅਤੇ ਫਿਰ ਆਪਾਂ ਸੌ ਜਾਵਾਂਗੇ ਵਲੌਗ ਅਪਲੋਡ ਕਰਕੇ। ਕੋਈ ਕੱਲ੍ਹ ਫਿਰ 10 ਵਲੌਗ ਆਏਗਾ ਹੈ ਨਾ, ਅਤੇ ਚੈਨਲ ਵੀ ਆਪਣੇ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੀ ਲਾਈਕ ਕਰ ਲਓ ਹੈ ਨਾ। ਮੈਂ ਅਤੇ ਮੈਗੂ ਹੁਣ ਘੁੰਮੀ ਘੁੰਮੀ ਅਤੇ ਬਸ ਆਪਾਂ ਰੋਟੀ ਪਾਣੀ ਖਾ ਲਿਆ ਅਤੇ ਮੈਗੂ ਨੂੰ ਵੀ ਖਾ ਲਈ ਅਤੇ ਹੁਣ ਆਪਾਂ ਮਿਲਦੇ ਅਗਲੇ ਵਲੌਗ ਦੇ ਵਿੱਚ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਲਿਓ ਲਾਈਕ ਅਤੇ ਬੈੱਲ ਆਈਕਨ ਦੁਬਾਰਾ ਨਾ ਭੁੱਲਣਾ। ਗੁੱਡ ਨਾਈਟ, ਸਵੀਟ ਡ੍ਰੀਮ, ਟੇਕ ਕੇਅਰ, ਬਾਏ 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 ਬਾਏ।